ਭਾਰਤ ਦੇਸ਼ ਦੇ 78ਵੇਂ ਆਜ਼ਾਦੀ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਹੋਣਗੀ। ਜਿਸ ਤਰ੍ਹਾਂ ਕਿ ਆਪ ਸਭ ਜਾਣਦੇ ਹੋ ਕਿ ਹਰ ਸਾਲ ਦੀ ਤਰ੍ਹਾਂ ਇਸੇ ਚੌਂਕ ਵਿੱਚ ਸਾਡੇ ਸਤਿਕਾਰਯੋਗ ਐਮ ਸੀ ਸਾਹਿਬ ਸ਼੍ਰੀ ਮੁਖੀ ਰਾਮ ਜੀ ਝੰਡੇ ਦੀ ਰਸਮ ਅਦਾ ਕਰਦੇ ਹਨ। ਸੋ ਇਸ ਵਾਰ ਸਾਡੇ ਦਰਮਿਆਨ ਸ਼ਾਮਿਲ ਹੋ ਚੁੱਕੇ ਹਨ ਵਾਸੀਆਂ ਬੀਬੀਆਂ ਭੈਣਾਂ ਮਾਤਾਵਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਤੇ ਮੈਂ ਚਾਹੁੰਦਾ ਕਿ ਇਸਲਾਮਾਬਾਦ ਦੇ ਵਿੱਚ ਹਰਾ ਭਰਿਆ ਰਵੇ ਤੇ ਇੱਕ ਵੱਧ ਤੋਂ ਵੱਧ ਸਾਨੂੰ ਦਰਖਤ ਲਾਉਣ ਦੀ ਲੋੜ ਆ। ਜਿੱਦਾਂ ਗੋਬਿੰਦ ਨਗਰ ਦੇ ਵਿੱਚ ਵੀ ਪਰਸੋਂ ਜਿਹਾ ਉਦਘਾਟਨ ਕੀਤਾ ਸੀ ਉੱਥੇ ਵੀ ਕੋਈ 200 ਬੂਟਾ ਸੀ ਲਗਾਇਆ ਗਿਆ ਤੇ ਜਿਉਂ ਕਿ ਤਾਂ ਹੀ ਸਾਨੂੰ ਆਕਸੀਜਨ ਵੀ ਗਾਹ ਮਿਲਣੀ ਆ। ਤੇ ਬਾਕੀ ਮੈਂ ਸੜਕਾਂ ਤਾਂ ਬਣਦੀਆਂ ਰਹਿੰਦੀਆਂ, ਇੱਕ ਮੈਂ ਨਾਲੇ ਦਾ ਪ੍ਰੋਜੈਕਟ ਵੀ ਹੈਗੀ ਆ, ਉਹ ਮੈਂ 50 ਲੱਖ ਰੁਪਇਆ PWD ਨੂੰ ਭੇਜਤਾ, ਉਹ ਤਕਰੀਬਨ 2-3 ਮਹੀਨੇ ਦੇ ਵਿੱਚ ਉਹ ਵੀ ਕੰਮ ਹੋ ਜਾਊਗਾ। ਇੱਕ ਤੁਹਾਨੂੰ ਜਿਸ ਤਰ੍ਹਾਂ ਆਹ ਨਵੀਂ ਪਾਰਕ ਬਣੀ ਆ ਇਹ ਤੋਂ ਵੀ ਵਧੀਆ 14 ਲੱਖ ਰੁਪਏ ਦੀ ਪਾਰਕ ਦੇ ਨਾਲ ਚੌਧਰੀ ਬਲਾਸਾ ਰਾਮ ਪਾਰਕ ਬਣ ਰਹੀ ਆ, ਉਹ ਤੁਹਾਨੂੰ ਤੇ 4 ਮਹੀਨੇ ਦੇ ਵਿੱਚ ਕੰਪਲੀਟ ਕਰਕੇ ਦਊਂਗਾ। ਬਾਕੀ ਹੋਰ ਕੋਈ ਵੀ ਮੇਰੇ ਲਈ ਕੋਈ ਕੰਮ ਹੋਵੇ ਤੁਹਾਨੂੰ ਪਤਾ ਹੀ ਆ, ਜਦੋਂ ਮਰਜ਼ੀ ਮੈਂ ਦਿਨ ਰਾਤ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਮੈਂ ਗਣਤੰਤਰ ਆਜ਼ਾਦੀ ਦੇ ਉੱਤੇ ਤੁਹਾਨੂੰ ਬਹੁਤ ਬਹੁਤ ਵਧਾਈ ਦਿੰਦਾ। ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਬੋਲੇ ਸੋ ਨਿਹਾਲ ਸੀ ਅਕਾਲ। ਪਤਾ ਹੈ ਮੁਹੱਲੇ ਵਿੱਚ ਚਾਹੇ ਕੋਈ ਸੜਕ ਹੋਵੇ, ਚਾਹੇ ਗਲੀਆਂ ਨਾਲੀਆਂ ਦੀ ਸਮੱਸਿਆ ਹੋਵੇ, ਚਾਹੇ ਕੋਈ ਸਾਫ਼ ਸਫਾਈ ਦਾ ਸੰਬੰਧ ਵਿੱਚ ਸਮੱਸਿਆ ਹੋਵੇ, ਚਾਹੇ ਕੋਈ ਕਿਸੇ ਤਰ੍ਹਾਂ ਦੇ ਵੀ ਸੰਗਤ ਦੀ ਸੇਵਾ ਕਰਨ ਲਈ ਤਤਪਰ ਰਹਿੰਦੇ ਨੇ। ਸੋ ਅਸੀਂ ਸਤਿਗੁਰ ਰਵਿਦਾਸ ਮਹਾਰਾਜ ਜੀ ਔਰ ਗੁਰੂ ਮਹਾਰਾਜ ਜੀ ਅੱਗੇ ਬੇਨਤੀ ਕਰਦੇ ਕਿ ਇਹਨਾਂ ਨੂੰ ਇਸੇ ਤਰ੍ਹਾਂ ਚੜ੍ਹੀਆਂ ਕਲਾਂ ਵਿੱਚ ਬਖਸ਼ਣ ਅਤੇ ਹਮੇਸ਼ਾ ਦੀ ਤਰ੍ਹਾਂ ਅਸੀਂ ਇਸ ਤਰ੍ਹਾਂ ਇਕੱਠੇ ਹੋ ਕੇ ਮਹੱਲੇ ਵਿੱਚ ਹਰ ਤਰ੍ਹਾਂ ਦੇ ਯੋਗ ਪ੍ਰੋਗਰਾਮ ਆ ਉਹ ਮਨਾਉਂਦੇ ਰਹੀਏ। ਸੋ ਹੁਣ ਸਾਡੇ ਦਰਮਿਆਨ ਪੁਲਿਸ ਪਾਰਟੀ ਜੋ ਉਹਨਾਂ ਦੀ ਟੁਕੜੀ ਆਈ ਹੈ ਜਿਨ੍ਹਾਂ ਨੇ ਕਿ
ਗਾਰਡ ਆਫ ਆਨਰ ਕੀਤਾ ਹੈ, ਸੋ ਉਹਨਾਂ ਨੂੰ ਬੇਨਤੀ ਹੈ ਕਿ ਉਹ ਆ ਕੇ ਆਪਣਾ ਸਨਮਾਨ ਪ੍ਰਾਪਤ ਕਰਨ। ਅੱਜ ਦੇ ਆਜ਼ਾਦੀ ਦਿਵਸ 'ਤੇ ਮੁਹੱਲਾ ਇਸਲਾਮਾਬਾਦ ਵਾਰਡ ਨੰਬਰ 8 ਦੇ ਵਿੱਚ ਆਜ਼ਾਦੀ 76ਵੇਂ ਆਜ਼ਾਦੀ ਦਿਵਸ 'ਤੇ ਮਨਾਇਆ ਗਿਆ, ਜਿਸ ਦੇ ਵਿੱਚ ਸਾਰੇ ਸਮੂਹ ਮੁਹੱਲਾ ਨਿਵਾਸੀ ਅਤੇ ਸਾਰੇ ਹੋਰ ਸੰਗਤਾਂ ਵਿਦੇਸ਼ਾਂ ਦੇ ਵਿੱਚ ਵੀ ਕਈ ਆਏ ਹੋਏ ਹਨ ਅਤੇ ਉਹਨਾਂ ਦੇ ਵਾਸਤੇ ਸਾਨੂੰ ਮੈਂ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਇੰਨਾ ਟਾਈਮ ਕੱਢ ਕੇ ਆਇਆ। ਮੈਂ ਇਹ ਚਾਹੁੰਦਾ ਕਿ ਹਰੇਕ ਹਰਿਆਈ ਵੱਲ ਦਰੱਖਤਾਂ ਲਾਉਣ ਵਿੱਚ ਹਰੇਕ ਨੂੰ ਸਹਿਯੋਗ ਦੇਣਾ ਚਾਹੀਦਾ, ਵੱਧ ਤੋਂ ਵੱਧ ਸਹਿਯੋਗ ਦੇ ਨਾਲ ਇਹ ਕਰਨਾ ਚਾਹੀਦਾ। ਬਾਕੀ ਦੂਸਰੀ ਗੱਲ ਹੈ ਕਿ ਸਫਾਈ ਜੋ ਸਫਾਈ ਅਭਿਆਨ ਹੈ, ਸਫਾਈ ਵੀ ਲਾਜ਼ਮੀ ਹੋਣੀ ਚਾਹੀਦਾ ਕਿਉਂਕਿ ਅੱਜ ਕੱਲ੍ਹ ਡੇਂਗੂ ਦਾ ਫੈਲਾਅ ਵੀ ਚੱਲ ਰਿਹਾ ਹੈ ਅਤੇ ਉਸ ਗੱਲ ਕਰਕੇ ਉਸ ਤੋਂ ਵੀ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ। ਮੈਂ ਆਪ ਜੀ ਨੂੰ